ਸਬਾਤੀ ਓ ਬੱਚੇ ਸਬਾਤੀ ਔਰ ਕੇ ਬਮਾਰੀ ਪਈ ਗਈਉਂਗੀ ਹਜਬਰੌੜਾ ਜੋ ਸਬਾਤੀ ਉਸ ਬਾਤੀ ਸੁਣਾਦੀ ਐ ਓ ਪਾਇਆ ਸੁਣੀ ਜਾਈਨੇ ਤੇ ਹਜਬਰੌੜਨ ਨੀਟਣਾ ਬੇਟਾਂਗ ਰੇ ਮਾਰਨੇ ਤੇ ਇਹ ਵੀ ਇਕ ਕਲਗਰੀਏ ਰਹਿਣਾ ਹਾਂਜੀ ਕਜ ਲੱਗ ਰਿਹਾ ਕੇ ਮਿੰਜੋ ਕਜ ਆਦੀ ਹੀ ਮੇਰੀ ਯਾਦ ਬੱਚਾ ਸਬਾਤੀ ਇਰੇ ਕੂਟੀ ਪਿਆਦੇ ਮਿੰਜੂ ਬੜ ਪਰਤਰੀ ਆਲੇ ਗ੍ਰਿਜਲੀ ਮੂ ਵੀ ਸੁੱਕੀ ਸੁੱਕੀ ਪੋਦਾ ਮੇਰਾ ਕਿਆ ਪੈ ਮਿੰਜੋਰ ਕੰਮ ਨਹੀਂ ਏ ਤੇਰਾ ਸਿਰ ਜਿਕੜਾ ਮੈਂ ਪੂਰਾ ਪੂਰਾ ਦਿਨ ਨੇ ਅੱਪੂ ਵੀ ਪੀ ਸਕਿਆ ਤੁਰ ਸੋਈ ਜਾਏ ਨੇ ਪਾਣੀ ਅਲੀ ਮਰਗਰੀ ਆਲੀ ਪਈ ਅਲੀ ਬਗਦੀਆਂ ਤੇਰੀਆਂ ਓ ਬੱਚਾ ਮੇਰੇ ਗੋਡੇ ਨੀ ਚੱਲਦੇ ਦੀਏ ਅਲੀ ਬਗਦੀਆਂ ਬੀਆਂ ਮੇਰੀਆਂ ਤਾਈ ਬੋਲਦੀ ਆ ਉਤੀਜੋ ਪਿਆਦੇ ਪਾਣੀ ਰਕੂਟੇ

ਓ ਬੁਰਾ ਕੰਮ ਪਾਇਆ ਬੁਰਾ ਕੰਮ ਇਥੇ ਨਾ ਪਾਣੀ ਮੰਗਿਨੇ ਵੀ ਜ਼ੁਲਮ ਹੋਈ ਗਿਆ ਜ਼ੁਲਮ ਓ ਪਾਇਆ ਜੇ ਆਪਣੇ ਹੱਡ ਬੈਰੀ ਹੋਈ ਜਾਓ ਨਾ ਤੇ ਕੀ ਕਰਨਾ ਓ ਸੁਮੀਰਨੇ ਕਰ ਲੈ ਮੇਰੇ ਮਨਾ ਮੈਂ ਕਿੰਿਆ ਰਹਿਣਾ ਓ ਬਗਬਨ ਤੇਰੇ ਬਿਨਾ ਓ ਸੀਤਾ ਨਾ ਕਮਾਣਾ ਹੁਣ ਸਿਆਣੇ ਅਡਲੂਏ ਅਨਿ ਕਮਾਈ ਹੁੰਦਾ ਵੀ ਬੱਚਾ ਕੁਛ ਵੀ ਚਾਚੀ ਚਾ ਮਿਲ ਜਾਉਂਗੀ ਥੋੜੀ ਜਈ ਬੈਠ ਬੱਚਾ ਬੈਠ ਮਿਲ ਜਾਨੀ ਸਬਾਤੀ ਓ ਸਬਾਤੀ ਕੁਤੀੜੇ ਤੂੰ ਅਬੋ ਉੜ ਕੇ ਹੋਈ ਜਾ ਜਬਰੌੜਾ ਜੋ ਬਸ ਇਹਰੀ ਟੁੰਟੂਣੀ ਮੁਕਦੀ ਵੀ ਟੁੰਟੂਣੀ ਲਾਇ ਰੱਖਿਆ ਸੀ ਸਿਰ ਪਰ ਹੋਰ ਕੰਮ ਕਾਲੀ ਕਰਨੇ ਮੈਂ ਦੱਸਾ ਤੂ ਕਾਲੀ ਕਰਨੇ ਹੋਰ ਕੰਮ ਜਾਈਓ ਜਰ ਕਰ ਬਾਰ ਨਹੀਂ ਤਾਂ ਇਹ ਨਾ ਡੇ ਡੇ ਲਾਇ ਰੱਖਣੀ ਮੇਰੇ ਸਿਰਾ ਪਰ ਹਾਂਜੀ ਮਾਤਾ ਜੀ ਆਪਨੇ ਹਮੇ ਯਾਦ ਕੀਤਾ ਕਿਉਂ ਯਾਦ ਕੀਤਾ ਬੋਲਾ ਉਹ ਕੀ ਬੋਲਾ ਦੇ ਸਬਾਤੀ ਬੱਚਾ ਇਹ ਰਤਨੀਆ ਰ ਮੁੰਨੂ ਆ ਰੋ ਨਾ ਡੋਲੂ ਲੈ ਨੇ ਐਸੋ ਡੋਲੂ ਪਰਨੇ ਚਾਹ ਬਣਾ ਇਨੇ ਦੇ ਦੇ ਮੀਏ ਅਰੇ ਮਸ ਰਬੀ ਅਚਾਈ ਜੋਗਾ ਦੁੱਧ ਇੱਕੀ ਦੋ ਹੀ ਕੱਪਰਾਏ ਦੁੱਧ ਦਾ ਨਾ ਕਿਨੇ ਪੋਲੂਏਰੇ ਪਾਪੇ ਜੀ ਰੋਟੀ ਵੀ ਖਾਣੀ ਤਾਂ ਰੋਟੀ ਖਾਣ ਦੇ ਬਾਅਦ ਪੋਲੂਏਰੇ ਪਾਪਾ ਚਾਹ ਵੀ ਪੀਏ ਆ ਫਿਰ ਤੀਨੋ ਕਿਤੇ ਤੇ ਬਣਾਣੀ ਚਾ ਜਿਸ ਤੋਂ ਦੇਤੀ ਚਾਹ ਬਣਾਏ ਨੇ ਤਾਂ ਕੁਛ ਨਹੀਂ ਹੈ ਚਾਚੀ ਕੁਛ ਨਹੀਂ ਹੈ ਖਰਾ ਤਾਂ ਫਿਰ ਚੱਲਾਂ ਹਾਂ ਹਨਾ ਕੁਝ ਕਾ ਰਹੀ ਹੈ ਬੱਚਾ ਨਾਸ ਤੂੰ ਮਿੰਜੋ ਖਾਲੀ ਨ ਜਾਣ ਬੀਏ ਮੇਰੇ ਪੁੱਤਰਾ ਬੱਚਾ ਸਭ ਆਤੀ ਚਾਹੀ ਰਖਨੇ ਲੜਾਈ ਰ ਕਿਆ ਬਧਾਨ ਬਸ ਥੋੜੀ ਜਿਹਾ ਪਾਣੀ ਪਾ ਦੇ ਵਿਚਾਰੇ ਜੋ ਪਤਲੀ ਸੁਤਲੀ ਚਾ ਹੁਈ ਆਣੀ ਤੂੰ ਹੀ ਗੁਜ਼ਾਰਾ ਹੋਈ ਆਣਾ ਫੇਰੀ ਮੇਰੇ ਪੁੱਤਰਾ ਨਾ ਵੀ ਹੋਈ ਆਣਾ ਕਰੇ ਰਤਨੀ ਆਰੇ ਮੁੰਨੂ ਮੇਰਾ ਵੀ ਗੁਜ਼ਾਰਾ ਹੋਈ ਆਣਾ ਠੀਕ ਆ ਠੀਕ ਆ ਤੈਨਾਂ ਹੀ ਕਰ ਲਿਆ ਫੇਰੀ ਉਹ ਭਾਈਆ ਇਹ ਜਬਰਗੇ ਵੀ ਨਾ ਪਿੱਤਾਂ ਕੀ ਕਰਦੇ ਬਿੱਤਾਏ ਕੀ ਕਰਦੇ ਬਿਲਕੁਲ ਤੁੜ ਤੁਲਾਈ ਰੱਖੇ ਮੇਰੇ ਸਿਰਾ ਪਰ ਮਰਦੀ ਮਨੀ ਜਬਰੌੜ ਜੀ ਮੈਂ ਸੋਚ ਰਹਾ ਆਪਣੇ ਸਵਾਮੀ ਹੋਰ ਜਨਾ ਤਗੜੀ ਜੀ ਚਾਹ ਦੇਣੀ ਬਣਾਏ ਨੇ ਪਰ ਇਹ ਘਰ ਤੇ ਗੁੜ ਗੋਬਰ ਹੁਣ ਤੀਨਾ ਬੋਲ ਲੈ ਨਾ ਇਹ ਗਰਮ ਪਾਣੀ ਕੀ ਚਾਹੀ ਹਲੇ ਫਿਰ ਮੈਂ ਵੀ ਬੋਲ ਦੇਣਾ ਇਹ ਸਾਰੀ ਗੱਲ ਰਜਣ ਤੂੰ ਹਰੀ ਮਾਈ ਇਹ ਲੈ ਭਾਈ ਚਾਹ ਧੰਨਵਾਦ ਭਾਬੀ ਜੀ ਧੰਨਵਾਦ ਤੂੰ ਹਰਾ ਮੇਜਾ ਚਾ ਦੇਣੇ ਖਾਤਰ ਸਬਾਤੀ ਉਸ ਬਾਤੀ ਰੋਟੀ ਤਾਂ ਦੇ ਮੀਏ ਮਿੰਜੂ ਮਿੰਜੂ ਭੁੱਖ ਲੱਗ ਰੀ ਬੜੀ ਭਾਰੀ ਕੋਈ ਨਹੀਂ ਜੀ ਕੋਈ ਨਹੀਂ ਬੈਠਾ ਬੈਠਾ ਤੂੰ ਹਰਾ ਮੰਨੇ ਨਾ ਮੈਂ ਲਿਆਉਂਦੀ ਤੁਹੇ ਰੋਟੀ ਬਣਾਈਤੀ ਉਹ ਮੈਂ ਪਹਿਲੇ ਹੀ ਰੋਟੀ ਮਿੰਜਾ ਪਤਾ ਮੇਰੇ ਸਵਾਮੀ ਜੀ ਹੋਰੇ ਭੁੱਖਿਆ ਭੁੱਖਿਆ ਹੋਣਾ ਨਾ ਤਾਂ ਮੈਂ ਪਹਿਲੇ ਬਣਾਏ ਰੱਖੀ ਰੀ ਇਹ ਲਵਾ ਜੀ ਮੈਂ ਨਾ

ਇਹ ਗੱਲ ਆਪਣੀ ਮੰਮੀ ਐ ਤੇ ਪੁੱਛਣੀ ਮੰਮੀ ਐ ਤੇ ਮੈਂ ਤੇ ਨਹੀਂ ਪੁੱਛਣੀ ਵੀ ਅੱਪੂ ਜੋ ਉਹ ਚੀਜ਼ ਪੋਏ ਨਹੀਂ ਉਹ ਪਰ ਲੋਕਾਂ ਨੂੰ ਜ਼ਰੂਰ ਬੰਡੀ ਦੇਣੀ ਬਸ ਫਿਰ ਪਈਆਂ ਡੰਡਾਰਾ ਮੇਰੇ ਸਿਰਾ ਪਰ ਬੇਲ ਲਾ ਉਹ ਮੀਏ ਤਾਂ ਕੁਝ ਨਹੀਂ ਹੋਈ ਗਿਆ यानी तो छोटी है छोटी है गल्ला ने बांधने ले कर लड़ाई करने जो डोल चुप जान रे कर बिल्कुल मजे ले कर जिंदगी यारे तुहे भी ना मिजे बोला है अपनी मम्मी को कुछ नहीं बोल दे दिए मेरी गलती तो मुझे चाट सुझ जाए कि मेरी मम्मी की गलती नहीं सुझ दी भी बिल्कुल भी मेरी राणा भी अति कांदर और रोटियां जी ना मर्जी खाली खावा आओ चल ली सबाती ਉੱਟੀ ਵੀ ਖਾ ਰਹੀ ਹੋ ਨਾ ਚੱਜਣ ਤੇ ਸੈਵ ਨਹੀਂ ਖਾਈ ਸਕਦੇ ਬੀਏ ਪਾਈਆ ਫਿੜੇ ਮੂ ਫਿੜੇ ਮੂ ਮੇਰੀ ਕਿਸਮਤੀ ਪਰ ਲਾੜਤੀ ਆ ਕਿਸਮਤੀ ਪਰ ਕਿਹੜੀ ਲਾੜੀ ਕਨ ਕਿਹੜੀ ਮਾਂ ਮਿਲ ਰਿਵਿੰਜੋ ਸਾਰੇ ਮੇਰਾ ਖਿਆਲ ਵੀ ਰੱਖਦੀਆਂ ਬੀਏ ਬੋਲੂ ਓ ਪੋਲੂ ਬੋਲ ਮਾਂ ਬੱਚਾ ਜਬਰੌੜੇ ਤੇਰੇ ਸਰਹਾਣੇ ਬੈਠੇ ਰਹੋ ساری ਉਮਰ ਪੜੋ ਨੀਏ ਬੱਚਾ ਪੰਜ ਮੀਟਰ ਲੱਗੇ ਐਕਸਪਾਇਰੀ ਡੇਟ ਜਾ ਕੇ ਕਰਨੇ ਜੋ ਕਜੋ ਜੜੇ ਕਰਦੀ ਤੂੰ ਕਜੋ ਜੜੇ ਕਰਦੀ ਦਾਸ ਤੂੰ ਮਿੰਜੋ ਜਬਰੌੜੇ ਮੈਂ ਤੇਜ ਸਾਫ ਸਬਦ ਚ ਕਲਾਦੀ ਨਾ ਤੇਰੇ ਸਾਈ ਬੇਲੇ ਨਹੀਂ ਸਾਰੇ ਤੇ ਤੇਰੇ ਸਰਹਾਣੇ ਬੈਠੇ ਰਹੋ ਪੂਰੀ ਉਮਰ ਇਹਨਾਂ ਕਮਾੜਾ ਵੀ ਆਗੇ ਇਹਨਾਂ ਕੁਝ ਪੜੀ ਲਿਖੀ ਨਾ ਬੜਨਾ ਵੀ ਆ ਕਿ ਤੇਰੀਆਂ ਦਵਾਈਆਂ ਐਕਸਪਾਇਰੀ ਡੇਟਾਂ ਜਾ ਕੇ ਕਰਦੇ ਰਹਿਣਾ ਇਹਨਾਂ ਪੂਰੀ ਉਮਰ സിരാ ഫ ਉਮዬ ਦੇਖ ਵੀ ਤੂੰ ਤੀਹ ਤੇ ਕੁੱਤੀਓ ਆ ਪਾਇਆ ਕੰਮ ਮੇਰੀਆਂ ਮਰ ਗੋਡੇ ਜਲਦੇ ਵੀ ਇਹ ਤਾਂ ਕਿਆ ਕਮਾਣਾ ਤੀਹਾ ਆ ਜਬਾਲ ਚੱਲ ਲਈ ਪਧਰੀ ਪਧਰੀ ਬਸ ਗੋਡੇ ਆਲੀ ਭਗਦੇ ਵੀ ਇਹ ਓੜੀਏ ਤੈਨੂੰ ਹੀ ਪਤਾ ਸਿਆਣੇ ਨਾ ਐੜੇ ਹੋਏ പൌകേ കണ ਰੇ ਲਓ ਆਪਣੀ ਅੰਮਾ ਲਈ ਮੈਂ ਕਰੀ ਲੈਣਾ ਆਪਣਾ ਕਾਲਾ ਮੂੰਹ ਛੋੜ ਛੋੜੀ ਅੱਛਾ ਤਾਂ ਕੀ ਕਰੂ ਆਬ ਮਜੇ ਸਾਟੀ ਦੂਚ ਹੋ ਚ ਜਾਈ ਨਹੀਂ ਓ ਲੱਕੀ ਚ ਬਥੇਰੇ ਬਰੀ ਦਸਰਮੇ ਪੁੱਤੀ ਛੜੀ ਦੇਣੀ ਜਬਰੌੜ ਮੁਕਾਈ ਇਹਨਾ ਛਾਪਾ ਅਲੀ ਰਕੜੀ ਵੀ ਕਰੇ ਨੇ ਤਾਂ ਟਾਊ ਟਾਊ ਲਾਇ ਰੱਖੇ ਇਸੀ ਰੱਪਰੇ ਬੈਲੀ ਓ ਕੀ ਬੁਲਦੀ ਤੁਸੀਂ ਟੰਗ ਕਰ ਟੰਗ ਕੇ ਸੋਚੀ ਤੇਰੀ ਆਪਣੀ ਸੱਸਰੇ ਪ੍ਰਤੀ ਹੈ ਨਾ ਤੈਨੂੰ ਜੁਲਦੀ ਕਿ ਆਣਾ ਹੁਣ ਪਤਾ ਨਾ ਤੂੰ ਹੀ ਮੇਰਾ ਮਾਰੀ ਰੇ ਮੂੰਹ ਦੇਖਣੇ ਚਾਹੇ ਇਹਨਾ ਕਰਨੋ ਨਾ ਬਜ਼ਾਰਾ ਤੇ ਪੰਜ ਚਾਰ ਗੋਲੀਆਂ ਲਈਆਂ ਨੂੰ ਜ਼ਹਿਰ ਰਹੀਆਂ ਨਾ ਟਾਈ ਮਰਨਾ ਮੈਂ ਛੋੜ ਬਸ ਤੇਰੀ ਖੁਸ ਹੋਈ ਲੈਣਾ ਤੂੰ ਇਹ ਕਰਾਨੇ ਤੇ ਮੈਂ ਨਹੀਂ ਜੀਣਾ ਬੀਆ ਮੈਂ ਨਹੀਂ ਜੀਣਾ ਹੁਣੇ ਓ ਠੀਕ ਆ ਵੜੀ ਠੀਕ ਆ ਅੰਮਾ ਜੋ ਛੱਡਿਓਂ ਕੇ ਬ੍ਰਿਧ ਆਸ਼ਰਮ ਚ ਨਾ ਪਰ ਤੂੰ ਦੀ ਖਾਂਦੀ ਵੀ ਜ਼ਹਿਰ ਜੂਰੇ ਨਹੀਂ ਤਾਂ ਮੇਰੇ ਪਰ ਫਾਲਤੂ ਰਹਿ ਕੇ ਸੋਈ ਜਾਣਾ ਫਰੀ ਜੀ ਨਾ ਪਹਿਲੇ ਮੇਰੇ ਮਾਲੇ ਹਾਲ ਚਰ ਰੇ ਜ਼ਿੰਦਗੀ ਚ ਔਰ ਸਿਆਪਾ ਖੜਾ ਹੋਈ ਜਾਣਾ ਫਰੀ ਜੀ ਮੰਮੀ ਪਿਆ ਘਰ ਟੈਮ ਤਿਆਰ ਰਿਹਾ ਕਾ ਜੋ ਪੁੱਤਰਾ ਜਾਣਾ ਕੱਲ ਕੁੱਤੀ ਜੋ ਠੀਕ ਆ ਠੀਕ ਆ ਪੁੱਤਰਾ ਚਲੀ ਪਾਉਂਗੀ ਤਾਂ ਬੱਚਾ ਇਹ ਮੇਰਾ ਸਾਰਾ ਸਮਾਨ ਕੁੱਤਾ ਜੇ ਚਲਾਇਆ ਤੇ ਉਹ ਮੰਮੀ ਅੜੀਏ ਘੁੰਮਣੇ ਚੱਲੇ ਹੈ ਘੁੰਮਣੇ ਉਹ ਤਾਂ ਵੀ ਮੇਰਾ ਸਾਰੇ ਸਮਾਨ ਚਲਾਈ ਤੇ ਮੇਰਾ ਮੇਰਾ ਨਾ ਦਿਲ ਕਬਰਾਦਾ ਉਹ ਮੰਮੀ ਘੁੰਮਣੇ ਚੱਲੇ ਉਹ ਪਰਮਾਤਮਾ ਤੂੰ ਹੀ ਕਰ ਰੱਖਾ ਮੇਰੀ ਮੇਰਾ ਦਿਲ ਬੜਾ ਪਰਿਕਲ ਜਾਦਾ ਪਤਾ ਨਹੀਂ ਕਿਉਂ ਨਾ ਅੱਜ ਜੇ ਕੁਝ ਬੇਨੀ ਹੋਈ ਹੋਣੀ ਹੁੰਗੀ ਨਾ ਤਾਂ ਬਚਾਈ ਲੈ ਪਰਮਾਤਮਾ ਰੱਖਾ ਕਰੇ ਮੇਰੀ ਪਾਪਾ ਜੀ अहे अपना सामान का नहीं चलाया अब मरे सामान चलाया है ओए तू जाना मत गला है ना चुपचाप बैठ रहा है डोल नहीं तो कल चौड़ा इठ थप्पड़ पे नहीं करता तो रोने लगी है तू एथी बच्चा मेरा काल जा कल ज्यादा बड़ा भारी इड़ा नहीं हो पे मेरे काल जे पलटोयो मिंजे पर पल पर डर लगा दा मुन्नूआ अम्मा तू ये डर दे मत मैं तुहे कन्ने तोड़ा पोत्र तोड़े कन्ने है अम्मा जी ਉਤਰਾ ਮੇਜ ਬੜਾ ਭਰੇ ਡਰ ਲਗਾਦਾ ਐ ਤੀ ਐਤੀ ਸਿਆਰੇ ਸਿਆਰੇ ਕਾਏ ਓ ਮੰਮੀ ਤੂੰ ਡਰਦੇ ਮਤਾ ਇਹ ਕੁਛ ਮਣੀ ਆ ਇਹ ਵੀ ਤੁਮਾ ਸਾ ਹੀ ਕੋ ਮੜੇ ਆ ਰੇ ਥੀ ਜੋ ਡਰਦੇ ਮਤਾ ਤੂੰ ਪਲੀਜ਼ ਅੜਿਓ ਭਾਈ ਅਹ ਹੁਣ ਸਾਰੀਆਂ ਫਾਰਮਲਿਟੀਆਂ ਕਰਤੀਆਂ ਨਾ ਤੌਣੇ ਜਾ ਸਕਕੈ ਆਓ ਦਵਾ ਮਰੇ ਸਮਾਨ ਨਾ ਅੱम्मा ਜੋ 5 ਨੰਬਰ ਕਮਰਾ ਮਿਲਿਆ ਕਹਿੰਦੇ ਅੱम्मा ਹੁਣ ਤੂੰ ਹੈ ਥਿਰੇੜਾ ਹਬਲ ਠੀਕ ਆ ਆਹ ਕਰ ਨਿਉਣ ਤੁਹਾਰੀ ਸੇਵਾ ਮੁੰਨੂ ਇਹ ਕੀ ਗਲਾ ਦੇ ਬੱਚਾ ਅੱम्मा ਅੱਜ ਤੇ ਬਾਦ ਨਾ ਤੂੰ ਬ੍ਰਿਧਾ ਅਸਰਮਾ ਚ ਹੀ ਰਹਿਣਾ ਓ ਬੱਚਾ ਇਹ ਕੀ ਗਲੇਈ ਤੇ ਅੱम्मा ਇਹ ਥਿਰੇੜਾ ਹੁਣ ਤੂੰ ਅੱਜਾ ਤੇ ਅਬ ਤਾਈ ਪਾਲੇ ਮੈਂ ਤੂੰ ਇਤਨਾ ਕਰੇ ਇਹ ਡਬਲ ਤੇ ਕੀ ਤੇ ਵੀ ਈਲਦੀ ਦਸੜੇ ਤੂੰ ਮੇਂ ਜੋ ਲਾਸਟ ਚ

ਪੁੱਤਰਾ ਇਹ ਦੀ ਵੱਡੀ ਗੱਲ ਬੋਲੀ ਨਾ ਤੇਰੀ ਆਖੀ ਖੋਲਿਤੀਆਂ ਦੋ ਨੂਰੀਆਂ ਬੱਚਾ ਤੇਰੀ ਇਹ ਗੱਲੇ ਨਾ ਮੇਰੇ ਰੌਕਟੇ ਖੜੀ ਕਰਤੇ ਰਹੂਂ ਗਟੇ ਪੁੱਤਰਾ ਭਾਈ ਇਹ ਨਾ ਕਰ ਨਾ ਤੂੰ ਫਾੜੀ ਦੋ ਇਹ ਨਾ ਡਾਕੂਮੈਂਟਾਂ ਜੋ ਆਹ ਨਾ ਆਪਣੀ ਅੰਮਾ ਘਰ ਜੋ ਲੈ ਜਾਣੀ ਆਹ ਨਹੀਂ ਰੱਖਣੀ ਆਪਣੀ ਅੰਮਾ ਬ੍ਰਿਦ ਆਸਰਾਮਾਂ ਚ ਸਾਰੀ ਪਾਈ ਤੂੰ ਹਰਾ ਫਾਲਤੂ ਟਾਈਮ ਗਵਾਣੇ ਖਾਤਰ ਅੜਿਓ ਠੀਕ ਹੈ ਠੀਕ ਹੈ ਮੰਮੀ ਜੀ ਸੌਰੀ ਅੜੇ ਮੇਰੀ ਬੁੱਧੀਆ ਨਾ ਪਰਦਾ ਪਈ ਗਰਾਤਾ ਇਹਦਾ ਨਾ ਮਾਫ ਕਰੀ ਦਿਓ ਮਿੰਜੋ ਪਲੀਜ਼ ਜੜਿਓ ਬੱਚਾ ਇਹ ਗੱਲ ਦੀ ਤਾਂ ਕੋਈ ਟੈਨਸ਼ਨ ਨਹੀਂ ਨਾ ਪਰ ਤੂੰ ਜੇ ਮੈਂ ਇੱਕ ਗੱਲ ਦੱਸ ਦੂ ਨਾ ਪੀ ਇੱਥੀਆਂ ਇੱਥੀ ਭੁਗਤਲੇ ਪੋਈਆਂ ਜੇ ਤੂੰ ਇਹ ਮਿੰਜੋ ਬ੍ਰਿਧ ਆਸ਼ਰਮਾਂ ਚ ਛੱਡ ਗਏ ਨਾ ਤਾਂ ਕੱਲ ਤੂੰ ਹਰੇ ਬੱਚੇ ਵੀ ਇਹੜੇ ਕਮਾਣਾ ਤੂੰ ਕਰਨੇ ਤੂੰ ਜਾਨੀ ਸੁਰਗੇ ਮਿਲਣੇ ਫੇਰੀ ਓ ਮਾ ਵੱਡੀ ਭਾਰੀ ਗਲਤੀ ਹੋਈ ਜਾਣੀ ਥੀ ਅੱਜ ਮਯੋ ਪੋਤਰੂ ਪੋਤਰੀਆਂ ਜੋ ਨਾ ਆਪਣੇ ਸੱਗਿਆ ਬੱਚੇ ਤੇ ਜ਼ਿਆਦਾ ਛੋਈਆਂ ਬੜੇ ਦਾਦੂਆਂ ਦਾਦੀਆਂ ਰੀ ਸਮਝੇ ਬਾਤ ਕੋ ਅੱਛਾ ਅੱਛਾ ਮੰਮੀ ਤਾ ਹੁਣ ਚਲਾ ਨਾ ਘਰ ਆ ਜੋ ਅੱਜ ਮੈਂ ਤੂੰ ਜ ਤਹਰੀ ਫੇਵਰੇਟ ਮਠਿਆਈ ਖਲੇ ਫੇਵਰੇਟ ਰੋਟੀ ਖੁਆਣੀ तो नमस्कार दोस्तों आज की वीडियो से ना आपको कुछ ना कुछ सीखने को जरूर मिला होगा अगर आपको कुछ ना कुछ जरूर सीखने को मिला है ना तो इस वीडियो को लाइक करें शेयर करें और हमारे चैनल को सब्सक्राइब करें और साथ में बेल आइकन भी जरूर दबाना है आपने और ना अपने बड़े बुजुर्गों की ना दिल भाव से सेवा करनी है उनको कभी भी ऐसा फील नहीं कर पाना है ना कि वो हमारी जिंदगी में जरूरी नहीं है क्योंकि ना हम अपने बुजुर्गों से काफ़ी कुछ चीज़ें सीख और ना अपने सियाने सियाणियों से ना ऐसे प्यार करते रहे आप और हमारे चैनल से भी ऐसे प्यार करते रहे आप ताई होती है मेरी जैसी जबरिया खुश मेरे को खुश करने के लिए ना आपने ना सबने एक एक दो दो सब्सक्राइबर करवाने आज जो भी यहाँ तक पहुंचेगा ना वीडियो तक बाकी थैंक्स फॉर वॉचिंग हैव अ गुड डे लव यू ऑल साइनिंग ऑफ गाइस बाय बाय